केंद्र सरकार वालों भाखड़ा ब्यास प्रबंधन बोर्ड विचों पंजाब अते हरियाणा की लाजमी नुमाइंदगी नूं खत्म किए जाने तो बाद विरोधी पार्टियां वालों भाजपा नूं तिखे ढंग दे नाल घेरिया जा रहा है। अज आम आदमी पार्टी के उम्मीदवारों वालों अमृतसर के डीसी दफ्तर नूं इस दे बाबत मंग पत्र सौंप के अपनी आवाज चुकी गई है। जिस मौके ते बोलदिया आम आदमी पार्टी के उम्मीदवारों वालों यह भी दावा ठोकिया गया है कि उन्हां दी सरकार 10 मार्च तो बाद आ जाण ते विधानसभा दे विच खास तौर ते इस मुद्दे ते चर्चा कीती जावेगी। इस मौके ते बोलदिया आम आदमी पार्टी दे अजनाला तो उम्मीदवार कुलदीप सिंह धालीवाल वालों आख्या गया है कि केंद्र सरकार नूं अमित शाह ते नरेंद्र मोदी की जोड़ी नूं पंजाब दे हक्कां ते डाका नहीं मार दिता जाएगा। उन्होंने यह भी दावा किया है कि भगवंत सिंह मान की अगवाई दे विच आप दी सीनियर लीडरशिप की अगवाई दे विच उन्हां वालों कोई वड्डा फैसला भी लिया जा सकता है। इस दे नाल ही इस मौके ते पहुंचे हुए आम आदमी पार्टी दे मजीठा हलके तो उम्मीदवार सुखजिंदर राज लाली मजीठिया वालों भी आखिया गया है कि हर पासे केंद्र सरकार वालों इको जिहा हथकंडा अपनाया जांदा है अते हुण पंजाब दे नाल भी चालां चलियां जा रहियां ने पर उन्हां वालों अजिहा नहीं होण दित्ता जाएगा। आप उम्मीदवारां वालों आखिया गया है कि बीबीएमबी दे प्रबंधन दे विचों पंजाब दी पक्की नुमाइंदगी खत्म करन दी केंद्रीय कारवाई दी ਉਹ ਜ਼ੋਰਦਾਰ ਢੰਗ ਦੇ ਨਾਲ ਨਿਖੇਧੀ ਕਰਦੇ ਨੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਨੇ ਕਿ ਉਹ ਆਪਣੇ ਤਾਜ਼ਾ ਫੈਸਲੇ ਸਮੇਤ ਜੋ ਵੀ ਪੰਜਾਬ ਦੇ ਵਿਰੁੱਧ ਪਹਿਲਾਂ ਫੈਸਲੇ ਲਏ ਗਏ ਨੇ ਉਹਨਾਂ ਤੇ ਨਜ਼ਰਸਾਨੀ ਕਰਨ। ਅਸੀਂ ਸਾਡੇ ਸਾਰੇ ਪੰਜਾਬ ਦੇ ਵਿੱਚ ਸਾਡੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਕੱਲ੍ਹ ਵੀ ਅੱਜ ਵੀ ਮਤਲਬ ਜਿਹੜਾ ਅਸੀਂ ਮੰਗ ਪੱਤਰ ਡੀਸੀ ਦੇ ਥਰੂ ਕੇਂਦਰ ਸਰਕਾਰ ਨੂੰ ਭੇਜਿਆ ਵੀ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚੋਂ ਜਿਹੜੀ ਸਾਡੀ ਹਿੱਸੇਦਾਰੀ ਖਤਮ ਕੀਤੀ ਪੰਜਾਬ 'ਚ ਉਹਨੂੰ ਬਹਾਲ ਕੀਤਾ ਜਾਵੇ। ਉਹਦੀ ਅਸੀਂ ਕੰਡੈਮਨੇਸ਼ਨ ਕਰਦੇ ਹਾਂ, ਨਿੰਦਾ ਕਰਦੇ ਹਾਂ ਔਰ ਇਸ ਗੱਲ ਦਾ ਐਲਾਨ ਵੀ ਕਰਦੇ ਕਿ ਅੰਮ੍ਰਿਤ ਸ਼ਾਹ ਅਤੇ ਮੋਦੀ ਨੂੰ ਪੰਜਾਬ ਦੇ ਹਿੱਤਾਂ ਦੇ ਕੋਈ ਡਾਕਾ ਨਹੀਂ ਮਾਰ ਦਿਆਂਗੇ। ਪੰਜਾਬ ਦੇ ਹਿੱਤਾਂ ਦੀ ਲੜਾਈ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਲੜੂਗੀ। 10 ਤਰੀਕ ਨੂੰ ਸਰਕਾਰ ਆਉਣ ਤੋਂ ਬਾਅਦ ਇਹਦੇ ਬਾਰੇ ਬਕਾਇਦਾ ਵਿਧਾਨ ਸਭਾ ਦੇ ਵਿੱਚ ਅਸੀਂ ਚਰਚਾ ਕਰਾਂਗੇ। ਲੇਕਿਨ ਅਕਾਲੀ ਦਲ ਵੱਲੋਂ ਜੋ ਆਮ ਆਦਮੀ ਪਾਰਟੀ ਨੂੰ ਦਿੱਲੀ ਮੋਦੀ ਦੀ ਥੱਲੇ ਇਹਨਾਂ ਦੀ ਸਰਕਾਰ ਦੀ ਉਦੋਂ ਕਿਉਂ ਨਹੀਂ ਭੁੱਲਣ ਨੂੰ ਆਖ ਰਿਹਾ? ਪਹਿਲਾਂ ਤੁਸੀਂ ਦੇਖਿਆ ਜਿਹੜੀ ਸਮੀਖਿਆ ਕਮੇਟੀ ਹੈ ਉਹਦੇ 'ਚ ਜਿਹੜੇ ਸਾਡੇ ਸਤਿੰਦਰ ਜੈਨ ਜੀ ਦਿੱਲੀ ਦੇ ਹੋਮ ਮਿਨਿਸਟਰ ਹੈ ਉਹਨਾਂ ਦਾ ਪੱਖ ਬਾਹਰ ਆ ਗਿਆ। ਉਹਨਾਂ ਨੇ 2 ਨੁਮਾਇੰਦੇ ਦਿੱਲੀ ਗੌਰਮੈਂਟ ਦੇ ਸੀ, 3 ਜਿਹੜੇ ਸੈਂਟਰ ਗੌਰਮੈਂਟ ਦੇ। ਸਰਬਸੰਮਤੀ ਨਾਲ ਉਹਨਾਂ ਨੇ ਰੋਕਿਆ, ਪਰ ਸਾਡੇ ਹੀ ਪਾਰਟੀ ਨੇ ਸਤਿੰਦਰ ਜੈਨ ਜੀ ਨੇ ਦਿੱਲੀ ਦੇ ਚੀਫ ਸੈਕਟਰੀ ਨੇ ਮਤਲਬ ਇਸ ਗੱਲ ਦੀ ਮੰਗ ਕੀਤੀ ਕਿ ਉਹਨੂੰ ਰਿਹਾ ਕਰ ਦਿਉ ਕਿਉਂਕਿ ਕਮੇਟੀ 5 ਮੈਂਬਰੀ 3 ਸੈਂਟਰ ਦੇ ਸੀ। ਇਸ ਕਰਕੇ ਸਾਡੀ ਕੋਈ ਰੁਕਾਵਟ ਨਹੀਂ। ਅਸੀਂ ਤਾਂ ਭੁੱਲਰ ਸਮੇਤ ਜਿੰਨੇ ਸਿੱਖ ਕੈਦੀ ਬਿਨਾਂ ਕਿਸੇ ਗੱਲ ਤੋਂ ਬੰਦ ਹੈ ਜਿਨ੍ਹਾਂ ਨੇ ਆਪਣੀ ਸਜ਼ਾ ਭੁਗਤ ਲਈ ਹੈ ਸਾਰਿਆਂ ਦੀ ਰਿਹਾਈ ਦੀ ਮੰਗ ਕਰ। ਇਹਦੇ 'ਚ ਜਿਹੜਾ ਭਾਰਤ ਆਪਣਾ ਭਾਖੜਾ ਬਿਆਸ ਮੈਨੇਜਮੈਂਟ ਸਾਡਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਪੰਜਾਬ ਦੀ ਪਾਰਟੀਸਪੇਸ਼ਨ ਇਹਨਾਂ ਨੇ ਘਟਾਤੀ ਹੈ ਔਰ ਉਹਦੇ ਵਿੱਚ ਬਿਲਕੁਲ ਉਹਦਾ ਜਿਹੜਾ ਸਾਡਾ ਨੁਮਾਇੰਦਾ ਉਹ ਤੋਂ ਆਊਟ ਕਰਤਾ। ਉਹਦੇ ਅਗੇਂਸਟ ਇਹ ਜਿਹੜਾ ਅਸੀਂ ਮੰਗ ਪੱਤਰ ਅੱਜ ਦੇਣ ਆਏ ਸੀ। ਇਹਨਾਂ ਨੇ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਬੀਜੇਪੀ ਦਾ ਇੱਕ ਏਜੰਡਾ ਆ ਅਤੇ ਉਸੇ ਤਰ੍ਹਾਂ ਦਾ ਹੀ ਇਹਨਾਂ ਨੇ ਇੱਥੇ ਵੀ ਇਹ ਕਰਨਾ ਔਰ ਨਾਲ ਦੀ ਨਾਲ ਜਿਵੇਂ BSF ਨੂੰ ਉਹਦਾ ਵੀ ਏਰੀਆ ਵਧਾਇਆ। ਇਹ ਸਾਰੇ ਇੱਕ ਹੀ ਉਹਨਾਂ ਦਾ ਏਜੰਡਾ ਆ ਔਰ ਉਸ ਏਜੰਡੇ ਨੂੰ ਕਾਮਯਾਬ ਕਰਨ ਦੇ ਲਈ ਉਹ ਲੱਗੇ ਨੇ। ਇਹਦਾ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਇਹਦਾ ਡਟ ਕੇ ਓਪੋਜ਼ਿਸ਼ਨ ਨੂੰ ਕੀਤਾ ਜਾਏ। ਜ਼ਿਕਰਯੋਗ ਹੈ ਕਿ 23 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਦੀ ਲਾਜ਼ਮੀ ਨੁਮਾਇੰਦਗੀ ਬੋਰਡ ਵਿੱਚੋਂ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਬੋਰਡ ਦੇ ਜੋ ਪੱਕੇ ਨੁਮਾਇੰਦੇ ਹੁੰਦੇ ਨੇ ਉਹ ਕਿਸੇ ਵੀ ਰਾਜ ਵਿੱਚੋਂ ਅਪਲਾਈ ਕਰ ਸਕਦੇ ਨੇ ਅਤੇ ਇਸੇ ਨੋਟੀਫਿਕੇਸ਼ਨ ਅਤੇ ਫੈਸਲੇ ਦਾ ਜ਼ੋਰਦਾਰ ਢੰਗ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਮੇਤ ਆਮ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।